ਸਲਾਬ ਹਾਜੀਪੁਰ ਚੌਹਾਨ ਕਬੱਡੀ ਕਲੱਬ ਹਾਜੀਪੁਰ ਦੀ ਟੀਮ ਤੇ ਦੇਖ ਰਿਹਾ ਸਾਹਮਣੇ ਪੈਂਦੀ ਹੋਈ ਰੇਡ ਦੇ ਉੱਤੇ ਐਨ ਗੱਭਰੇ ਨੇ ਕੰਨੇ ਫਿਰ ਵੱਧ ਕੇ ਕੋਸ਼ਿਸ਼ ਕੀਤੀ ਹੈ। ਆਹ ਦੇਖ ਰਿਹਾ ਸਮਾਂ ਬੀਤੀ ਜਾ ਰਿਹਾ ਹੈ। ਆਹ ਉਹ ਨੌਜਵਾਨਾ ਐਨ ਫੈਦੀ ਗੋਲ ਦੇ ਨਾਲ ਝਮੜ ਗਿਆ ਮੁੰਡਾ ਹੰਦੇ ਰਜੀਕ ਨੇ, ਗੱਲ ਵੱਖਰੀ ਹੈ, ਗੱਲਾਂ ਉਹ ਹੋਣੀ ਹੈ ਜਿਵੇਂ ਕਹਿੰਦੇ ਐਨ ਧਾਵੀ ਸੋਜਾ ਹੋਣਾ, ਇਹਨੂੰ ਕਹਿੰਦੇ ਆ ਕਬੱਡੀ। ਐਨ ਕਹਿੰਦੇ ਧਾਵੀ ਸੋਚਦਾ ਹੋਣਾ ਕਿ ਘੜਿਆ ਝਨਾਤੇ ਮੈਨੂੰ ਲਾ ਦੇ ਪਾਰ ਵੇ, ਕਿੱਥੇ ਆ ਕੇ ਕਰਮਾਂ ਨੇ ਦਿੱਤੀ ਹਾਰ ਵੇ। ਐਨ ਕਹਿੰਦੇ ਐਨ ਤਾੜਿਆਂ ਕੋਲ ਆ ਕੇ ਹਾਰ ਮਿਲੀ ਹੈ ਰੇਡਰ ਨੂੰ। ਰਾਜਵਿੰਦਰ ਮਾਨ ਯੂਕੇ ਵੱਲੋਂ ਜਾਫੀ ਦੇ 200 ਦੇ ਮਾਨ ਪੁੱਜੇ ਹੈ। ਬਹੁਤ ਬਹੁਤ ਧੰਨਵਾਦ ਹੈ ਸਾਡੇ ਠੇਕੇਦਾਰ ਸਾਹਿਬ, ਬਹੁਤ ਬਹੁਤ ਧੰਨਵਾਦ ਹੈ ਕਾਕਾ ਠੇਕੇਦਾਰ ਜੀ, ਕਾਕਾ ਠੇਕੇਦਾਰ ਜੀ ਉਹਨਾਂ ਵੱਲੋਂ 100 ਹੈ ਇਸੇ ਜੱਫੇ ਤੇ, ਬਹੁਤ ਬਹੁਤ ਧੰਨਵਾਦ ਹੈ। ਨਾ ਮੈਦਾਨ ਦੇ ਵਿੱਚ ਆਪਾਂ ਵੇਖਦੇ ਜੀ ਫਿਰ ਕਬੱਡੀ ਪੈ ਚੁੱਕੀ ਹੈ। ਇਸ ਰੇਡ ਦੇ ਵੀ 100 ਹੈ, ਮੁੰਨਾ ਖੋਜੇ ਵਾਲੀ ਆ ਪਾਲੀ ਦਾ ਗਰਾਈ ਲਾ 100 100 ਕਾਕਾ ਠੇਕੇਦਾਰ ਜੀ ਵੱਲੋਂ ਬਰਨਾਲੇ ਜ਼ਿਲ੍ਹੇ ਦਾ ਨੌਜਵਾਨ। ਕਹਿੰਦੇ ਇਸ ਵੇਲੇ ਕੋਟਲੇ ਵਾਲਾ ਮੇਰੇ ਵੀਰੇ ਲਾ ਤਕੜਾ ਜੱਫਾ ਸੁੱਖਾ ਪੁਆਇੰਟ ਆਪਣੀ ਟੀਮ ਦੇ ਸਹਿਯੋਗ ਦਾ ਹੋਇਆ। ਵਿਪਨ ਗਰੀਸ ਵੱਲੋਂ 500 ਰੁਪਇਆ ਜੱਗੇ ਦੇ 3 ਜੱਫਿਆਂ ਦੇ ਲਓ। ਸਾਹਮਣੇ ਰਾਜ ਜੋੜ ਦੀ ਕਬੱਡੀ ਹੈ, ਨੰਬਰ ਰੇਡਰ ਦੇ ਹਿੱਸੇ ਦੇ ਵਿੱਚ ਹੈ, ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਦੇ ਵਿੱਚ। ਇਹ ਮਿੱਟੂ ਭੋਲੇ ਵਾਲੀਆ ਕਬੱਡੀ ਦਾ ਫਕਰ ਫਕੀਰ ਕਹੀਦਾ, ਔਰ ਜਿਹੜੀ ਸੇਵਾ ਕਬੱਡੀ ਦੀ ਮਿੱਟੂ ਭੋਲੇ ਵਾਲੀਆ ਕਰ ਗਿਆ, ਔਰ ਦੁਨੀਆਂ ਤੇ ਸ਼ਾਇਦ ਹੀ ਕੋਈ ਹੋਵੇਗਾ ਔਰ ਨਿਸ਼ਕਾਮ ਸੇਵਾ ਕਰਦਾ ਹੈ, ਇਸ ਨੌਜਵਾਨ ਦਾ ਵੀ ਸਤਿਕਾਰ ਕਰਾਂਗਾ। ਚਾਰ ਬਿਲਕੁਲ ਤਿਆਰ ਨੇ, ਗੱਲ ਕਰੇਗਾ ਓਮ ਕੜਿਆਲਾ ਜੀ, ਆਓ ਮਾਈਕ ਲਓ। ਸਾਹਮਣੇ ਦੇਖਦੇ ਹੈ ਭਰੀਆਂ ਹੋਈਆਂ ਬਗਲਾ ਉਸ ਗੱਭਰੂ ਨੌਜਵਾਨ ਦੀ ਹੈ, ਲਓ ਨਹੀਂ ਉਹਦੀ ਸਹਿ ਮੇਰੇ ਵੀ ਗੱਲ ਵੱਖਰੀ ਬਣੀ ਹੋਈ ਹੈ। ਲਓ ਲੱਗਦਾ ਹੈ ਜੱਫਾ ਤੇ ਲੱਗ ਗਿਆ ਜੱਫਾ ਯਾਰ, ਉਹ ਧਾਵੀ ਗਿਆ ਬੱਗਿਆ ਚੜ ਗਿਆ ਨਸ਼ਾ ਜੀ ਨੇ ਸਾਰਾ ਕੁਝ ਤੱਕਿਆ। ਹਾਂਜੀ ਬਹੁਤ ਵੱਡਾ ਸਤਿਕਾਰ ਹੈ ਪਰ ਪੁਆਇੰਟ ਧਾਵੀ ਦਾ, ਕੁਲਦੀਪ ਸਿੰਘ ਨਾਮ ਹੈ, ਗੱਲੇ ਦੇ ਨਾਂ ਦੇ ਨਾਲ ਮਸ਼ਹੂਰੀ ਹੈ, ਔਰ ਸਾਹਮਣੇ ਬਹੂਗੇ ਦੀ ਧਰਤੀ ਦਾ ਕੁਲਦੀਪ ਸਿੰਘ ਗੱਲਾ ਅਗਲੀ ਰੇਡ ਪਾਉਂਦਾ ਔਰ ਗੱਲ ਕਰੇਗਾ ਓਮ ਕੜਿਆਲਾ। ਲਓ ਗੱਲਾ ਕਹਿੰਦੇ ਬੂਹੇ ਵਾਲਾ ਕੈਨੇਡਾ ਦੇ ਵਿੱਚ ਇੰਗਲੈਂਡ ਦੇ ਵਿੱਚ ਬੱਲੇ ਬੱਲੇ ਕਰਵਾਈ ਹੈ, ਪਰ ਦੂਜੇ ਪਾਸੇ ਆਪਾਂ ਵੇਖਦੇ ਹਾਂ ਮੈਦਾਨ ਦੇ ਵਿੱਚ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਗਬਰੂ ਦੀ ਲੱਗੀ ਹੋਈ ਕੈਂਚੀ ਹੈ। ਵਾਹ ਨੌਜਵਾਨ, ਇੱਕ ਲੱਤ ਦੇ ਵਿੱਚ ਕਹਿੰਦੇ 31 ਹੱਡੀਆਂ ਹੁੰਦੀਆਂ ਤੇ 31 ਦੇ 31 62 ਹੱਡੀਆਂ ਤੋਂ ਬਲ ਪੈਂਦਾ ਤਾਂ ਲੋਕੀ ਕਹਿੰਦੇ ਕੈਂਚੀ ਲੱਗ ਗਈ ਹੈ। ਲਓ ਨੌਜਵਾਨ ਨੇ ਲਾ ਤਕੜਾ ਜੱਫਾ, ਅੰਕ ਕਹਿੰਦੇ ਚੌਹਾਨ ਸਵੀਟ ਸਾਹਿਬ ਦੀ ਟੀਮ ਦੇ ਹਿੱਸੇ ਜੁੜਿਆ। ਲਓ ਸਰਬਾ ਕਹਿੰਦੇ ਚੌਂਬੇ ਵਾਲਾ ਪਾਉਣ ਦਾ ਵਾਅਦਾ ਕਰਦਾ ਹੈ ਆਪਣੀ ਟੀਮ ਲਈ। ਕਾਕੂ ਪਲੈਨ ਵੱਲੋਂ ਇੱਕ ਮਿੰਟ ਜੀ, ਸਲਾਮੋ ਜਿੰਨੇ ਵੀ ਜੱਫੇ ਲਾਓ ਹਰੇਕ ਜੱਫੇ ਤੇ 100 ਹੈ ਜੀ। ਘੁੰਮਣ ਸਾਹਿਬ ਕਾਕੂ ਕਬਾਤ ਵੱਲੋਂ, ਹਾਂਜੀ ਹਾਂਜੀ, ਜਿੰਦਾ ਹਾਜੀਪੁਰ ਬਿੰਦੂ ਆਸਟ੍ਰੇਲੀਆ ਮਾਂ ਬੋਲੀ ਦਾ ਬਹੁਤ ਵੱਡਾ ਵਰਿੰਦਰ ਮੱਟੂ ਜੀ ਮਾਸ ਬੋਲੀ ਦਾ ਸਤਿਕਾਰ ਦਿੰਦੇ ਹੋਏ ਕਹਿ ਰਹੇ ਹਾਂ ਜੀ। ਲਾਓ ਸ਼ੀਰਾ ਹੈ ਮੇਰੇ ਵੀਰਿਓ, ਐਨ ਕਹਿੰਦੇ ਨੌਜਵਾਨ ਕੈਂਚੀ ਲਾ ਕੇ ਆਪਾਂ ਵੇਖਦੇ ਦੋਨੇ ਕਹਿੰਦੇ ਬਾਹਾਂ ਵੀ ਗੱਭਰੂ ਨੇ ਕਵਰ ਕੀਤੀਆਂ ਹੋਈਆਂ ਹੈ, ਕਵਰ ਕੀਤੀਆਂ ਹੋਈਆਂ ਹੈ। ਇਹ ਆ ਕੋਟਲੇ ਵਾਲਾ ਸ਼ੀਰਾ ਮੇਰੇ ਵੀਰਿਓ, ਬਰਨਾਲੇ ਦੁਸਕੜਾ ਗੱਭਰੂ ਇਸ ਵੇਲੇ ਲਾ ਤਕੜਾ ਜੱਫਾ, ਅੰਕ ਦਾ ਵਾਧਾ ਕਰਦਾ ਆਪਣੀ ਟੀਮ ਲਈ। ਪਾਓ ਸਰਬਿਆ ਕਬੱਡੀ, ਕਬੱਡੀਆਂ ਪਾ ਕੇ ਮੁੰਡੇ ਨੇ ਪੁਆਇੰਟ ਜੋੜ ਦਿੱਤਾ ਆਪਣੀ ਟੀਮ ਲਈ। ਇਧਰ ਧੰਨਵਾਦ ਹੈ ਚੌਹਾਨ ਸ਼ੀਟ ਸਾਹਿਬ ਵਾਲੇ ਸਾਡੇ ਵੀਰ ਸ਼ਿਵਾਜ ਜੀ ਤੇ ਨਾਲ ਜਿੰਨੇ ਵੀ ਵੀਰ ਪਹੁੰਚੇ ਸਾਰਿਆਂ ਦਾ ਧੰਨਵਾਦ ਹੈ। ਲਓ ਦੂਜੇ ਪਾਸੇ ਕਹਿੰਦੇ ਕਾਲਾ ਯੂਐਸਏ ਲੋਟ ਵੱਲੋਂ ਕਹਿੰਦੇ ਸਪਾਂਸਰ ਕੀਤੀ ਹੋਈ ਟੀਮ ਹੈ। ਲਓ ਸਾਹਮਣੇ ਮੈਦਾਨ ਦੇ ਵਿੱਚ ਫਿਰ ਸੁੱਖੇ ਦੀ ਕਬੱਡੀ ਹੈ, ਚਾਰ ਜਾਫੀ ਫਿਰ ਤਿਆਰ ਨੇ। ਐਨ ਇੱਕ ਕੰਨੀ ਤੇ ਕਹਿੰਦੇ ਸ੍ਰੀ ਚਮਕੌਰ ਸਾਹਿਬ ਦੀ ਪਾਵਨ ਤੇ ਪਵਿੱਤਰ ਧਰਤੀ ਦਾ ਗੋਪੀ ਹੈ, ਤੇ ਇੱਕ ਕੰਨੀ ਤੇ ਸ਼ੀਰਾ ਹੈ ਕਹਿੰਦੇ ਕੋਟਲੇ ਵਾਲਾ। ਆ ਸ਼ੀਰਾ ਕੇ ਭਰੇ ਤਿੰਨ ਤਿੰਨ ਹਿੱਕਾਂ ਵਿੱਚ ਜ਼ੋਰ ਹੁੰਦੇ ਆ, ਬੀਬਾ ਕਬੱਡੀ ਵਾਲਿਆਂ ਦੇ ਦਿਮਾਗ ਥੋੜੇ ਹੋਰ ਹੁੰਦੇ ਆ, ਬੀਬਾ ਕਬੱਡੀ ਵਾਲਿਆਂ ਦੇ ਦਿਮਾਗ ਥੋੜੇ ਹੋਰ ਹੁੰਦੇ ਆ। ਲਓ ਇਹ ਆ ਸ਼ੀਰਾ ਕਹਿੰਦੇ ਨੌਜਵਾਨ, ਐਨ ਤਕੜਾ ਜੱਫਾ ਲਾ ਕੇ ਪੁਆਇੰਟ ਦਾ ਵਾਧਾ ਕਰਦਾ ਹੋਇਆ ਅਗਲੀ ਰੇਡ ਹਿੱਸੇ ਦੇ ਵਿੱਚ ਜੋੜਦਾ ਹੋਇਆ। ਦੂਜੇ ਪਾਸੇ ਆਪਾਂ ਦੇਖਦੇ ਹਾਂ ਨੌਜਵਾਨ ਕਹਿੰਦੇ ਬਲ ਨੌ ਵਾਲਾ ਅਜੇ ਹੈ, ਬਲ ਨੌ ਵਾਲਾ ਅਜੇ, ਐਨ ਕਹਿੰਦੇ ਸ਼ਾਰਪ ਮਾਈਂਡ ਖਿਡਾਰੀ ਹੈ ਗੱਭਰੂ। ਮੂਵ ਸਪਰੇ ਗਰਾਊਂਡ ਚ ਪਹੁੰਚਦੀ ਕੀਤੀ ਜਾਵੇ ਜੀ, ਮੂਵ ਸਪਰੇ ਜਲਦੀ ਦੇ ਨਾਲ ਗਰਾਊਂਡ ਚ ਪਹੁੰਚਦੀ ਕੀਤੀ ਜਾਵੇ। ਲਓ ਖੇਡ ਮੈਦਾਨ ਦੇ ਵਿੱਚ ਦੇਖੋ ਬਈ, ਇਹ ਅਡੇ ਬਲ ਨੌ ਦੀ ਧਰਤੀ ਦਾ ਤੇ ਚਾਰ ਜਾਫੀ ਹੈ ਕਹਿੰਦੇ ਮੇਰੇ ਵੀਰੇ, ਚਾਰ ਜਾਫੀਆਂ ਵਿੱਚੋਂ ਕਹਿੰਦੇ ਆਹ ਨੌਜਵਾਨ ਕਹਿੰਦੇ ਬਰਨਾਲੇ ਜ਼ਿਲ੍ਹੇ ਦਾ ਜਾਫੀ ਸ਼ੀਰਾ ਮੇਰੇ ਵੀਰੇ, ਸ਼ੀਰਾ ਕਹਿੰਦੇ ਇਸ ਵੇਲੇ ਮੈਦਾਨ ਦੇ ਵਿੱਚ ਕੋਟਲੇ ਵਾਲਾ ਫਿਕਰੇ ਬਹਿ ਗਿਆ ਨੌਜਵਾਨ ਕਿ ਮੇਰੀ ਦਿਲ ਦੀ ਛਤਰੀ ਤੇ ਬਹਿ ਗਿਆ ਇੱਕ ਕਬੂਤਰ ਚੀਨਾ। ਲਓ ਇਹ ਆ ਸ਼ੀਰਾ ਕਹਿੰਦੇ ਬਰਨਾਲੇ ਜ਼ਿਲ੍ਹੇ ਦਾ ਖਿਡਾਰੀ ਜਿਹਨੇ ਲਾ ਤਕੜਾ ਜੱਫਾ, ਅੰਕ ਆਪਣੀ ਟੀਮ ਨੇ ਇਸੇ ਜੋੜਿਆ। ਲਵਲੀ ਰੇਡ, ਪੰਡਿਤ ਹੈ ਕਹਿੰਦੇ ਨੌਜਵਾਨ, ਪੰਡਿਤ ਕਹਿੰਦੇ ਰੌਡੀ